ਅਸਲਾਮੁਅਲੈਕਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹਾਸੇ ਰਹੋ ਤੇ ਵਸਦੇ ਰਹੋ ਲੋ ਬਈ ਮੈਂ ਇੱਕ ਮੌਸਮੀਅਤ ਤੁਹਾਨੂੰ ਦੱਸ ਰਿਹਾ ਵੇ ਬੜੀ ਸ਼ਦੀਦ ਬਾੜ ਜਿਹੜੀ ਨਾ ਠੰਡ ਹੋ ਰਹੀ ਏ ਤੇ ਖਾਸੀ ਸਰਦੀ ਵੜ ਗਈ ਏ ਬਸ ਹੁਣ ਤੋਂ ਤੇ ਨਜ਼ਾਰੇ ਜਿਹੜੇ ਨੇ ਖਤਮ ਤੇ ਹੁਣ ਦਿਨ ਬਦ ਦਿਨ ਠੰਡ ਵੱਧਦੀ ਜਾਣੀ ਇਨੀ ਇਨੀ ਜਲਦੀ ਜਲਦੀ ਹਨੇਰਾ ਪੈਣਾ ਸ਼ੁਰੂ ਹੋਣਾ ਵੇ ਕਿ ਅ 5:00 ਬਜੇ 4:00 ਬਜੇ 4:30 ਬਜੇ ਮਗਰਬ ਹੋ ਜਾਇਆ ਕਰੇਗੀ ਲੋ ਬਈ ਐ ਦੇ ਇਥੇ ਦਾ ਹਿਸਾਬ ਕਿਤਾਬ ਤੇ ਮੈਂ ਤਾਂ ਮੈਂ ਅੱਜ ਦੇਖ ਰਹੀ ਸੀ ਕਿ ਉਸਮਾ ਨੇ ਮੈਸੇਜ ਕੀਤਾ ਕਿ ਬਾਜੀ ਤੁਸੀਂ ਸੈਂਟਰ ਗਏ ਹੋ ਉੱਥੇ ਟ੍ਰੈਫਰਟ ਸੈਂਟਰ ਕੁਝ ਖਰੀਦਿਆ ਵੀ ਹੈ ਕਿ ਐਵੇਂ ਬਸ ਘੁੰਮ ਫਿਰ ਕੇ ਆ ਗਏ ਹੋ ਤੇ ਉਸਮਾ ਨੇ ਬੜੀ ਪਿਆਰੀ ਪੰਜਾਬੀ ਵੀ ਮੈਨੂੰ ਲਿਖੀ ਹੈ ਤੇ ਜ਼ਾਰੇ ਬੰਦਾ ਜਾਂਦਾ ਕਰੋ ਅਗਰ ਨਾ ਵੀ ਇਰਾਦਾ ਹੋਵੇ ਨਾ ਉਸਮਾ ਖਰੀਦਣ ਦਾ ਤਾਂ ਫਿਰ ਵੀ ਬੰਦਾ ਕੁਝ ਨਾ ਕੁਝ ਤੇ ਖਰੀਦ ਹੀ ਲੈਂਦਾ ਹੈ ਨਾ ਤੇ ਪਰਾਇਵਿਕਾ ਸੀ ਤੇ ਰਾਦੇ ਨਾਲ ਗਈ ਸਾ ਤੇ ਫਿਰ ਇਸ ਤੋਂ ਬੱਚਿਆਂ ਨੇ ਰਾਫੇ ਨੇ ਆਪਣੇ ਸੂਟ ਲਏ ਥੋੜੇ ਰਾਤ ਨੂੰ ਪਾਣ ਵਾਲੇ ਨਾਈਟ ਸੂਟ ਸਰਦੀਆਂ ਆ ਰਹੀਆਂ ਉਹਦੇ ਵਾਲੇ ਨੂਰ ਫਾਤਮਾ ਨੇ ਵੀ ਇੱਕ ਨਾਈਟ ਸੂਟ ਲਿਆ ਇਸ ਤਰ੍ਹਾਂ ਸੀ ਛੋਟੇ ਮੋਟੇ ਚੀਜ਼ਾਂ ਜਿਹੜੀਆਂ ਬੱਚਿਆਂ ਦੇ ਲੈ ਲਈਆਂ ਸਨ ਅਸੀਂ ਯਾਹੀਆ ਦੇ ਕੱਪੜੇ ਖਰੀਦੇ ਤੇ ਉਹ ਮੈਂ ਲਿਆਣਾ ਨਹੀਂ ਚੁੱਕ ਪੁੱਲ ਗਈਆਂ ਉੱਪਰ ਚੜੀਆਂ ਤੇ ਯਾਦ ਆਇਆ ਕਿ ਹੋਏ ਹੋਏ ਉਹ ਤੇ ਨੀਚੇ ਹੀ ਰਹਿ ਗਏ ਤੇ ਮੈਂ ਫਿਰ ਤੁਹਾਨੂੰ ਕਿਸੇ ਦਿਨ ਦਿਖਾ ਦਵਾਂਗੀ ਇਹ ਸਭ ਤੋਂ ਜ਼ਰੂਰੀ ਆਈਟਮ ਜਿਹੜਾ ਮੈਂ ਲਿਆ ਨਾ ਆਪਣਾ ਮੈਂ ਜੇ ਲਿਆ ਸਭ ਤੋਂ ਜ਼ਰੂਰੀ ਆਈਟਮ ਜਿਹੜਾ ਮੇਰਾ ਉਹ ਹੈ ਮੇਰਾ ਕਾਜਲ ਇਹ ਕਾਜਲ ਮੇਰਾ ਖਤਮ ਹੋ ਰਿਹਾ ਸੀ کافی ਸੀ ਬਸ ਥੋੜਾ ਜਿਹਾ ਬਚਿਆ ਸੀ ਪਰ ਮੈਨੂੰ ਇਹ ਜਿਹੜਾ ਕਾਜਲ ਲੈਣਾ ਇਹ ਮੈਨੂੰ ਬਹੁਤ ਚੰਗਾ ਲੱਗਦਾ ਬਸ ਆਪਣੀ ਆਪਣੀ ਪਸੰਦ ਤੇ ਪਸੰਦ ਆਪਣੀ ਆਪਣੀ ਨਸੀਬ ਆਪਣਾ ਆਪਣਾ ਇਹ ਵਾਲਾ ਕਾਜਲ ਮੈਨੂੰ ਅਸੀਂ ਮੰਗਾਇਆ ਸੀ ਕੋਈ ਐਸਾ ਨਹੀਂ ਸੀ ਆਨਲਾਈਨ ਮੰਗਾ ਲਿਆ ਸੀ ਅਸੀਂ ਸਾਲ ਪਹਿਲੋਂ ਤੇ ਬਹੁਤ ਅੱਛਾ ਮੈਨੂੰ ਇਹਦਾ ਰਿਜ਼ਲਟ ਰਿਆ ਤੇ ਹੁਣ ਹੈ ਜੇ ਇਸਤੇਮਾਲ ਕਰ ਕਰਕੇ ਇਹ ਮੈਂ ਨਵਾਂ ਲੈ ਕੇ ਆਈ ਹਾਂ ਨਾ ਬਿਲਕੁਲ ਐ ਪੁੱਛ ਲੀਜੀ ਇਹਦੀ ਬਚੀਏ ਬਿਲਕੁਲ ਖਤਮ ਹੋਣ ਤੇ ਸੀ ਇਸ ਦਰਮਿਆਨ ਵਿੱਚ ਫਿਰ ਦੋ ਇੱਕ ਤਨੂਰ ਫਾਤਮਾ ਵਰਲੀ ਉੱਥੋਂ ਲੈ ਕੇ ਸੀ ਇੱਕ ਮੈਂ ਆਨਲਾਈਨ ਮੰਗਾਇਆ ਦੋ ਕਾਜਲ ਹੋਰ ਮੰਗਾਏ ਪਰ ਨਹੀਂ ਭਈ ਜਿਹੜਾ ਇਸ ਕਾਜਲ ਦਾ ਮੈਨੂੰ ਛਾ ਲੱਗਦਾ ਨਾ ਇਸ ਤਰ੍ਹਾਂ ਪੂਰਾ ਲੱਗਦਾ ਵੀ ਉਹ ਮੈਨੂੰ ਇਹ ਪੈਂਸਲ ਵਾਲੇ ਚ ਪਾਸਾ ਨਹੀਂ ਆਇਆ ਇਸ ਤੋਂ ਫਰਮੈਂ ਇਹ ਮਿਲਦਾ ਹੈ ਉਥੋਂ ਮਾਂਚੈਸਟਰ ਟ੍ਰੈਫਰਟ ਸੈਂਟਰ ਤੋਂ ਜਾਂ ਆਨਲਾਈਨ ਨਾਲ ਕੋ ਖਤਮ ਹੋਇਆ ਸੀ ਇਸ ਤੋਂ ਫਰਮੈਂ ਗਈ ਮੈਨੂੰ ਯਾਦ ਆ ਗਿਆ ਇਹ ਮੈਂ ਲੈ ਲਿਆ ਵੀ ਪਹਿਲੀ ਫਰਸਤ ਵਿੱਚ ਮੈਂ ਕਾਜਲ ਲਿਆ ਤੇ ਹਾਲੇ ਵਕਤ ਤਾਂ ਨਹੀਂ ਹੋਇਆ ਕਿ ਮੈਂ ਮੈਂ ਕਹੋ ਜੇ ਥੋੜਾ ਜਿਹਾ ਡਾਟ ਬਚ ਗਿਆ ਹੈ ਨਾ ਉਹ ਖਤਮ ਹੋ ਜਾਵੇ ਤੇ ਫਿਰ ਮੈਂ ਨੂੰ ਸਟਾਰਟ ਕਰਾਂਗੀ ਇੱਕ ਮੈਂ ਲਿਆ ਜਿਹੜਾ ਮਾਸਕ ਅੱਛਾ ਚਿਹਰੇ ਤੇ ਲਾਉਣ ਵਾਸਤੇ ਲਿਆ ਹੈ ਫਸਟ ਟਾਈਮ ਲਿਆਵੇ ਤੇ ਅ ਟਰਾਈ ਕਰਾਂਗੇ ਕਿ ਕਿਹੈਸਾ ਇਹਦਾ ਰਿਜ਼ਲਟ ਕੀ ਏ ਮੈਨੂੰ ਨਹੀਂ ਪਤਾ ਹੁਣ ਬਹਿਰ ਲਿਆਵੇ ਕਿ ਇਹ ਲਿਆਵੇ ਅੱਛੀ ਬ੍ਰਾਂਡ ਏ ਰਿਲਬਰੀ ਉਹਦਾ ਉਹਦਾ ਲਿਆਵੇ ਇਹ ਕਾ ਲਈਏ ਕ੍ਰੀਮ ਲਈਏ ਇਹ ਜਿਹੜੀ ਸਕਿਨ ਵਾਸਤੇ ਵੀ ਸਕਿਨ ਟਾਈਟਨਿੰਗ ਕ੍ਰੀਮ ਏ ਤੇ ਇਹ ਵਾਲੀ ਲਈਏ ਤੇ ਹੁਣ ਦੇਖੋ ਇਹਦਾ ਰਿਜ਼ਲਟ ਕੀ ਨਿਕਲਦਾ ਏ ਬ੍ਰਾਜ਼ੀ ਬ੍ਰਾਜ਼ੀਲੀਅਨ ਬੌਮ ਬੌਮ ਜਿਹੜੀ ਹੈ ਨਾ ਇਹ ਕੋਈ ਕਰੀਮ ਜੇ ਬਈ ਤੇ ਇਹ ਲੋਈ ਦੇਖ ਲਓ ਤੁਸੀਂ ਨਾਮ ਵੀ ਪੜ ਲਓ ਇਹਦਾ ਇਹ ਅਸੀਂ ਲਈਏ ਉਹ ਦੇਖੋ ਇਹਦਾ ਰਿਜ਼ਲਟ ਕੀ ਹੁੰਦਾ ਵੇ ਉਹ ਫਿਰ ਅਸੀਂ ਲਾਵਾਂਗੇ ਤਾਂ ਪਤਾ ਚੱਲੇਗਾ ਤੇ ਬਾਕੇਕ ਮੈਂ ਲੈ ਲਈ ਲਿਪਸਟਿਕ ਲੈ ਲਈ ਉਹ ਤਾਂ ਬੜੀ ਸ਼ਾਪ ਤੇ ਗਏ ਇੰਨੀ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਉਥੇ ਤੇ ਸਮਝ ਹੀ ਨਹੀਂ ਲੱਗਦੀ ਜੇ ਤੁਸੀਂ ਇੱਕ ਚੀਜ਼ ਲੈਣੀ ਹੋਵੇ ਤੇ ਫਿਰ ਤੁਸੀਂ ਕੀ ਲਵੋ ਲੇਕਿਨ ਮੈਂ ਕਿਉਂਕਿ ਡਾਰਕ ਕਲਰ ਜ਼ਿਆਦਾਤਰ ਇਸਤੇਮਾਲ ਕਰਨੀ ਹੈ ਲਿਪਸਟਿਕ ਵਿੱਚ ਤੇ ਮੇਕਅਪ ਦੇ ਨਾਂ ਤੇ ਜਦੋਂ ਵੀ ਮੈਂ ਕੋਈ ਚੀਜ਼ ਲੈਣੀ ਹੈ ਨਾ ਉਹ ਲਿਪਸਟਿਕ ਹੀ ਹੁੰਦੀ ਹੈ ਤੇ ਚਲੋ ਇਹ ਤਾਂ ਲਾ ਕੇ ਦਿਖਾ ਦਿੰਨੀ ਚਲੋ ਭੈੜੀ ਚੰਗੀ ਜਿਹੀ ਲੱਗ ਗਈ ਹੈ ਸ਼ੇਡ ਤੁਸੀਂ ਦੇਖ ਲਵੋ ਬਾਕੀ ਮੈਂ ਇਹਦੇ ਨੌਕਾ ਸ਼ੌਕਾਂ ਵਿੱਚ ਬਾਅਦ ਸੇ ਹੀ ਕਰ ਲਵਾਂਗੀ ਤੇ ਐਲ ਐਲ ਬਸ ਬੱਚਿਆਂ ਨੇ ਫਿਰ ਆਪਣੇ ਤਰ੍ਹਾਂ ਜਿਹੜੀ ਤਸੀਆਂ ਚੀਜ਼ਾਂ ਲਈਆਂ ਤੇ ਨੂਰ ਫਾਤਮਾ ਦੀ ਬਰਥਡੇ ਆ ਰਹੀ ਹੈ ਉਹਦੇ ਵਾਸਤੇ ਫਿਰ ਨਾ ਉਹਦੇ ਵਾਸਤੇ ਗਿਫਟਸ ਖਰੀਦੇ ਤੇ ਉਹ ਉਹਨੂੰ ਦੇਣੇ ਨੇ ਜਿਸ ਦਿਨ ਬਰਥਡੇ ਹੋਏਗੀ ਉਹ ਮੈਂ ਤੁਹਾਨੂੰ ਦੱਸਾਂਗੀ ਅਸੀਂ ਵੀਕਐਂਡ ਤੇ ਸੈਲੀਬ੍ਰੇਟ ਕਰ ਰਹੇ ਹਾਂ ਇਹ ਉਹਦੇ ਵਾਸਤੇ ਸ਼ੂਜ਼ ਲਏ ਉਹ ਐ ਸ਼ੂਜ਼ ਪਸੰਦ ਸਨ ਉਹਨੇ ਫਿਰ ਤਸੀਰ ਮੈਂ ਦਿਖਾਈ ਸੀ ਕਿ ਵੀ ਇਹ ਵਾਲੇ ਬੰਨ ਲੈਣੇ ਨੇ ਮੈਂ ਕਿਹਾ ਚਲੋ ਠੀਕ ਹੈ ਤੇ ਇਹ ਫਿਰ ਉਹਦਾ ਸੀ ਸ਼ੂਜ਼ ਲਏ ਉਹਦੀ ਬਰਥਡੇ ਲਈ ਆ ਵੀ ਕੋਈ ਜੁੱਤੀ ਗਾਉਣ ਤੋਂ ਤੋਫੇ ਤੇ ਬੜਾ ਲੱਗ ਰਹੀ ਆ ਨਹੀਂ ਇਹ ਵੀ ਜੀ ਵੀ ਕਹਾਣੀ ਹੋ ਗਈ ਏ ਪਰ ਐਵੇਂ ਕਿ ਚਲੋ ਜੋ ਬੱਚੇ ਨੂੰ ਚੀਜ਼ ਚਾਹੀਦੀ ਹੁੰਦੀ ਏ ਫਿਰ ਉਹ ਲੈ ਲਈ ਜੀ ਇਸ ਤਰ੍ਹਾਂ ਬੱਚੇ ਨੇ ਸਭਾ ਦੀ ਚੀਜ਼ ਸ ਆਪਣੇ ਲੈਣੀ ਲੈਣੀ ਹੈ ਨਾ ਫਿਰ ਅਗਰ ਉਹਦੀ ਪਸੰਦ ਹੀ ਲੈ ਜਾਏਗੀ ਤਾਂ ਜ਼ਿਆਦਾ ਅੱਛਾ ਹੋਏ ਤੇ ਮੈਂ ਇੱਕ ਉਹਦੇ ਵਸਤੂਆਂ ਐ ਪਾਣੀ ਦੀ ਬੋਟਲ ਏ ਇਸ ਤਰ੍ਹਾਂ ਗਰਮ ਹੁੰਦੀ ਏ ਇਦੇ ਵਿੱਚ ਉਹ ਜਿਹੜੀ ਸਸੀਆਂ ਸਰਦੀਆਂ ਚ ਰੀ ਬੋਤਲਾਂ ਗਰਮ ਪਾਣੀ ਵੀ ਰੱਖਨੇ ਹੁੰਦੇ ਸਾਂ ਉਹਦੇ ਕਵਰ ਵਾਲੀ ਆ ਗਈ ਏ ਉਹ ਸਰਕਰ ਕੇ ਨਾਲ ਇੱਕ ਬੈਂਡ ਬਣਿਆ ਹੋਇਆ ਵੇ ਤੇ ਇਹ ਵਾਲੀ ਫਿਲਮਾਂ ਦੇ ਵਾਸਤੇ ਲਈਏ ਪਾਣੀ ਦੀ ਬੋਤਲ ਇਹ ਤਾਂ ਲਾਣ ਵਾਲਾ ਵੇ ਉਹ ਕੀ ਇਹਨੂੰ ਕਹਿੰਦੇ ਨੇ ਬੈਂਡ ਤੇ ਇਹ ਬੜਾ ਜ਼ਬਰਦਸਤ ਇੱਕ ਗਿਫਟ ਪੈਕ ਲਈ ਆ ਦੇ ਵਾਸਤੇ ਇਹ ਤਾਂ ਮੀਖਾ ਨਹੀਂ ਆਵੇ ਜਰਾ ਵਜ਼ ਵੀ ਹੈ ਇੱਕ ਗਿਫਟ ਪੈਕ ਲੈ ਆ ਦੇ ਵਾਸਤੇ ਇਸ ਤਰ੍ਹਾਂ ਕੱਲੇਗਾ ਬੋਡੀ ਸ਼ੌਪ ਤੋਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਅੰਦਰ ਉਹਨਾਂ ਦੀ ਪ੍ਰੋਡਕਟਸ ਨੇ 스킨케어 ਪ੍ਰੋਡਕਟਸ ਬਈ ਇਹ ਜਿਹੜੇ ਬਰਥਡੇ ਦੇ ਗਿਫਟਸ ਨੇ ਇਹ ਹੁਣ ਉਹਨਾਂ ਨੇ ਪੈਕ ਕਰਨੇ ਪੈਕਿੰਗ ਕੀਤਾ ਉਹ ਪੇਪਰ ਲੈ ਕੇ ਆਏ ਆ ਇਹ ਨੂੰ ਪੈਕ ਕਰਨਾ ਹੈ ਤੇ ਇਹ ਅਸੀਂ ਉਹਦੇ ਵਾਸਤੇ ਖਰੀਦਿਆ ਬਾਡੀ ਸ਼ੌਪ ਦੇ ਪ੍ਰੋਡਕਟਸ ਬੜੀਆਂ achੀਆਂ ਨੇ ਕਿ ਐਸ ਕੀ ਸਕਿਨ ਕੇਅਰ ਦੇ ਹਵਾਲੇ ਦੇ ਨਾਲ ਕਾਫੀ achੀ ਪ੍ਰੋਡਕਟਸ ਦੇ ਰਹੇ ਕਿਉਂਕਿ ਬਹੁਤ ਜ਼ਿਆਦਾ ਨਾ ਕੈਮੀਕਲ ਨਹੀਂ ਹੁੰਦੇ ਨੇ ਇਸ ਤੋਂ ਲੋਕ ਕਾਫੀ ਪਸੰਦ ਕਰਦੇ ਨੇ ਤੇ ਇਹ ਉਹਨਾਂ ਦਾ ਇੱਕ ਗਿਫਟ ਪੈਕ ਆਇਆ ਤੋ ਫਿਰ ਅਸੀਂ ਪੂਰਾ ਗਿਫਟ ਪੈਕ ਹੀ ਲੈ ਲਿਆ ਇਹਦੇ ਵਿੱਚ ਹਰ ਕਿਸਮ ਦੀ ਚੀਜ਼ ਹੈ ਚਲੋ ਭਈ ਇਹ ਸਾਡੀ ਸ਼ੌਪਿੰਗ ਸੀ ਬੱਚਿਆਂ ਦੇ ਕੱਪੜਿਆਂ ਤੋਂ ਇਲਾਵਾ ਜਿਹੜੀ ਸੀ ਇਹ ਛੋਟੇ ਲੇਕਿਨ ਜ਼ਾਹਰੇ ਕਿ ਤਾ ਤੁਸੀਂ ਜਾਣਦੇ ਹੋ ਕਿਰਨਾ ਟੁਰਨਾ ਜ਼ਿਆਦਾ ਹੁੰਦਾ ਹੈ ਤੇ ਸ਼ਾਪਿੰਗ ਵੀ ਹੁੰਦੀ ਹੈ ਇੱਕ ਦੁਕਾਨ ਤੋਂ ਨਿਕਲੋ ਔਰ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਸਮਾ ਮੈਂ ਜਦਾ ਉਸਮਾ ਨੇ ਮੁਖਾਤਬ ਹੋਨੀ ਆ ਕਿਉਂਕਿ ਉਸਮਾ ਦੇ ਕਮੈਂਟ ਆਉਂਦੇ ਨੇ ਨਾ ਇਹ ਫਿਰ ਮੈਨੂੰ ਉਹ ਜਵਾਬ ਦੇਣੀ ਹੈ ਇਸ ਲਈ ਮੈਂ ਕਹਿਨੀ ਹੈ ਕਿ ਤੁਸੀਂ ਕਮੈਂਟ ਕਰੋਗੇ ਨਾ ਤੇ ਫਿਰ ਮੈਨੂੰ ਗੱਲ ਕਰਨ ਚ ਆਸਾਨੀ ਰਹਿੰਦੀ ਹੈ ਕਿਸੇ ਬੰਦਾ ਗੱਲ ਦਾ ਜਵਾਬ ਦਿੰਦਾ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਮੁਖਾਤੀ ਬਾਂਜੋ ਤੁਸੀਂ ਕਮੈਂਟ ਕਰਦੇ ਹੋ ਉਸ ਬਾਅਦ ਮੈਨੂੰ ਵੀ ਮਾਸ਼ਾਅੱਲਾ ਮਾਸ਼ਾਅੱਲਾ ਨਜ਼ਰ ਨਾ ਲੱਗ ਜਾ ਵੀ ਸਾਡੀ ਦੋਸਤੀ ਨੂੰ ਕਿ ਉਸ ਬਾਅਦ ਚਾਰ ਚਾਰ ਪੰਜ ਪੰਜ ਕਮੈਂਟ ਕਰ ਦਿੰਦੀ ਇਹ ਕੁਐਸਚਨ ਕਰ ਲੈਂਦੀ ਹੈ ਤੇ ਮੈਨੂੰ ਜਵਾਬ ਦੇਣ ਚ ਅੱਛਾ ਲੱਗਦਾ ਹੈ ਉਸਮਾ ਦੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ ਕਿ ਲੋ ਵੀ ਉਸਮਾ ਖਰੀਦਦਾਰੀ ਤੇ ਕੀਤੀ ਉਸਮਾ ਕਾਸੀ ਕੁਝ ਖਰੀਦੀਆਂ ਵੀ ਹੈ ਜਾਂ ਵੀ ਤੁਸੀਂ ਬਸ ਛੋਸ਼ਾ ਮਾਰ ਕੇ ਆ ਗਏ ਹੋ ਤੇ ਇਹ ਸਾਡੀ ਵੀ ਜਿਸ ਬਰਥਡੇ ਹੋਏਗੀ ਅਸੀਂ ਉਹਨੂੰ ਵੀ ਫਿਰ ਥੋੜਾ ਬਹੁਤ ਘਰ ਵਿੱਚ ਹੀ ਕਰਾਂ ਕਰਾਂਗੇ ਕੋਈ ਬਹੁਤ ਜ਼ਿਆਦਾ ਇਸ ਤਰ੍ਹਾਂ ਨਹੀਂ ਅਸੀਂ ਕਰਨੇ ਆਪਣੀ ਫੈਮਲੀ ਮੈਂਬਰ ਜਿਹੜੇ ਇਕੱਠੇ ਹੋਣੇ ਅਸੀਂ ਔਰ ਕੇਕ ਕੱਟ ਲਿਆ ਇਹ ਕਨਕਾਲਿਆ ਜ਼ਿਆਦਾਤਰ ਖਾਣਾ ਬਾਹਰ ਜਾ ਕੇ ਖਾਣੇ ਆ ਜਿਸ ਕੋਈ ਵੀ ਬਰਸਡੇ ਆਉਂਦੀ ਹੈ ਨਾ ਤਾਂ ਬਸ ਉਹ ਹੀ ਇੱਕ ਆਊਟਿੰਗ ਹੋ ਜਾਂਦੀ ਹੈ ਫੈਮਿਲੀ ਡਿਨਰ ਹੋ ਜਾਂਦਾ ਹੈ ਫੈਮਿਲੀ ਟਾਈਮ ਇਕੱਠੇ ਸਾਰੇ ਇਕੱਠੇ ਹੋ ਜਾਂਦੇ ਨੇ ਇਸ ਹਵਾਲੇ ਦੇ ਨਾਮ ਕਿ ਕੁਛ ਛੋਟੇ ਛੋਟੇ ਖੁਸ਼ੀਆਂ ਹੁੰਦੀਆਂ ਨੇ ਉਦੋਂ ਫਿਰ ਬੰਦਾ ਸਾਰੇ ਮਿਲ ਜੁਲ ਕੇ ਸਿੱਕਾਰ ਲੈਨੇ ਤੇ ਹੁਣ ਫਿਰ ਮੈਂ ਚੱਲ ਲਈ ਆ ਫਿਰ ਮਿਲਾਂਗੇ ਇਨਸ਼ਾਅੱਲਾ ਨਾਲੋਂ ਨਾਲ ਅਸੀਂ ਆਪਣੀ ਗੱਪਸ਼ਪ ਵੀ ਕਰਾਂਗੇ ਤੇ ਉਸਮਾ ਦੇ ਮਜ਼ੇਦਾਰ ਕਮੈਂਟਸ ਵੀ ਪੜਾਂਗੇ ਤੇ ਹੋਰ ਵੀ ਮੈਂ ਸਭ ਨੂੰ ਕਹਿੰਨੀ ਹੁਦਾ ਦਾ ਵਾਸਾ ਦੇ ਅਪੀਲ ਕਰ ਰਹੀ ਹਾਂ ਵੀ ਕੋਈ ਆਲ ਵੀ ਕਿਸਮ ਦੀ ਅਪੀਲ ਸਮਝ ਲਵੋ ਇਹਨੂੰ ਕਿ ਉਹ ਜਿਵਾਨੇ ਕੀਤੀ ਸੀ ਨਾ ਉਹ ਜਿਹੜੀ ਆਈ ਸੀ ਐਕਟਰਸ ਕਿ ਐਂਜਲਾ ਜੂਲੀ ਕਿ ਉਹ ਤੁਸੀਂ ਇਸ ਖਲਾਬ ਜ਼ਦਗਾਨ ਦੀ ਮਦਦ ਕਰੋ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਪੀ ਕਰਨੀ ਹੈ ਖੁਦਾ ਦਾ ਵਾਸਤਾ ਜੇ ਜਿਹੜਾ ਵੀਡੀਓ ਦੇਖੇ ਉਸੇ ਕਮੈਂਟ ਕਰੇ ਲਾਈਕ ਕਰ ਦਵੇ ਬਿਨ ਸਬਸਕ੍ਰਾਈਬ ਕਰ ਦਵੋ ਤਾਂ ਕਿ ਮੈਨੂੰ ਕੁਝ ਪਤਾ ਤੇ ਚੱਲੇ ਕਿ ਵੀ ਹਾਂ ਵੀ ਮੈਂ ਜਿਹਨਾਂ ਨੂੰ ਮੁਖਾਤਿਬ ਹੋਣੀ ਆ ਮੇਰੀ ਗੱਲ ਸੁਣਦੇ ਨੇ ਸੁਣਦੇ ਨੇ ਉਹਦੇ ਵਿੱਚ ਉਹਨਾਂ ਨੂੰ ਕੀ ਚੰਗਾ ਲੱਗ ਰਿਹਾ ਤੇ ਕੀ ਗਲਤ ਲੱਗ ਰਿਹਾ ਕੁਝ ਜਿਹੜੀਆਂ ਗਲਤੀਆਂ ਨੇ वो भी तुम मनुर दसो ऐसी गल नहीं है कि तुम मेरी गलतियां निशानदेही नहीं करो तुम मैं दसो कि जो जो मेरे च कमिया ने मैं उन्होंने काबू पाव तो फिर मिलने इंशाला नवी गल दे अल्लाह हाफ़ से इसते रब रखा